ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ ਬਠਿੰਡਾ ਪਹੁੰਚੇ, ਜਿੱਥੇ ਉਹਨਾਂ ਨੇ ਬਠਿੰਡਾ ਦੇ ਪਟੇਲ ਨਗਰ ਨੂੰ ਜਾਣ ਵਾਲੀ ਰਿੰਗ ਰੋਡ ਸੜਕ ਬਣਾਉਣ ਲਈ ਸੜਕ ਨੂੰ ਟੱਕ ਲਗਾਇਆ। ਤੁਹਾਨੂੰ ਦੱਸ ਦਈਏ ਕਿ ਇਹ ਸੜਕ 95 ਕਰੋੜ ਦੀ ਲਾਗਤ ਨਾਲ ਬਣਾਈ ਜਾਵੇਗੀ। ਇਸ ਮੌਕੇ ਉਹਨਾਂ ਅਕਾਲੀ ਦਲ ਤੇ SGPC ਤੇ ਨਿਸ਼ਾਨੇ ਸਾਧੇ ਤੇ ਕਿਹਾ ਕਿ SGPC ਅਕਾਲੀ ਦਲ ਦੀ ਜੇਬ ਦੀ ਕੜੀ ਹੈ ਤੇ ਹੱਥ ਦੀ ਛੜੀ ਹੈ। SGPC ਦਾ ਹਰ ਫੈਸਲਾ ਅਕਾਲੀ ਦਲ ਦੇ ਹੱਥ ਵਿੱਚ ਹੁੰਦਾ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਸ਼ਾਇਦ ਪੰਜਾਬ ਦੀ ਕਿਸਮਤ ਵਿੱਚ ਖੋਟ ਹੈ ਜੋ ਗੁਰੂ ਸਾਹਿਬ ਦੇ 550 ਸਾਲਾ ਗੁਰਪੁਰਬ ਵਿੱਚ ਇੱਕ ਸਟੇਜ ਨਹੀਂ ਲੱਗ ਰਹੀ। ਮੈਨੂੰ ਲੱਗਦਾ ਕੋਈ ਕਿਸਮਤ ਦੀ ਖੋਟ ਹੈ, ਇਹ ਪੰਜਾਬੀ ਜਿਹੜੇ ਹੈ ਕਿਸਮਤ ਦੀ ਖੋਟ ਹੈ ਜੇ ਸੁਖਬੀਰ ਬਾਦਲ ਜਾਂ ਉਹਨਾਂ, ਕਿਉਂਕਿ ਇਹ ਤਾਂ ਤੁਸੀਂ ਵੀ ਜਾਣਦੇ ਹੋ ਸਾਰੇ, ਔਰ ਕਿ ਜਿਹੜੀ SGPC ਹੈ ਇਹ ਅਕਾਲੀ ਦਲ ਦੇ ਜੇਬ ਦੀ ਕੜੀ ਹੈ, ਉਹਨਾਂ ਦੇ ਹੱਥ ਦੀ ਛੜੀ ਹੈ। ਇਹ SGPC ਦੇ ਜਿਹੜੇ ਫੈਸਲੇ ਹੁੰਦੇ ਆ ਇਹ ਤੁਹਾਨੂੰ ਵੀ ਪਤਾ ਹੈ ਔਰ ਪੰਜਾਬ ਦੀ ਜਨਤਾ ਨੂੰ ਵੀ ਪਤਾ ਹੈ। ਔਰ ਅਕਾਲੀ ਦਲ ਕਿੰਨਾ ਤੰਗ ਦਿਲ ਹੋਣਾ ਹੈ, ਕਿੰਨਾ ਕਮਜ਼ਰਫ ਹੋਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ 550 ਪ੍ਰਕਾਸ਼ ਉਤਸਵ ਹੈ, ਜੇ ਅਸੀਂ ਉਹ ਵੀ ਇਕੱਠੇ ਹੋ ਕੇ ਨਹੀਂ ਮਨਾ ਸਕਦੇ ਤਾਂ ਗੁਰੂ ਨਾਨਕ ਸਾਹਿਬ ਦੇ ਦਿਖਾਏ ਹੋਏ ਰਸਤੇ 'ਤੇ ਜਾਂ ਉਹਨਾਂ ਦੇ ਏਕਾਬਾਦ 'ਤੇ ਅਸੀਂ ਕਿੱਥੋਂ ਪੂਰੇ ਆਵਾਂਗੇ। ਮਤਲਬ ਇਹ ਕਿਸਮਤ ਦੀ ਖੋਟ ਹੈ ਪੰਜਾਬ ਸਭ। ਇਹਦਾ ਤਾਂ ਜਵਾਬ ਸੁਖਬੀਰ ਬਾਦਲ ਜਾਂ BJP ਦਾ ਜਿਹੜਾ ਕੋਈ ਜਿਹੜਾ ਤਰਜ਼ੀਆਕਾਰ ਹੈ ਉਹ ਜਾਂ ਉਹਨਾਂ ਦਾ ਕੋਈ ਸਪੋਕਸ ਪਰਸਨ ਹੈ ਉਹ ਦੇ ਸਕਦਾ। ਪਰ ਇੱਕ ਅੰਗਰੇਜ਼ੀ ਦਾ ਮੁਹਾਵਰਾ ਹੈ, ਇਹਨੂੰ ਗਲਤ ਨਾ ਲੈ ਲਿਆ ਜੇ, ਇੱਕ ਇਹ ਮੁਹਾਵਰਾ ਹੈ ਕਿ ਵੈਨ ਥੀਵਸ ਫਾਈਟ ਟਰੂਥ ਕਮਜ਼ ਆਊਟ, ਜਦੋਂ ਦੋ ਬੰਦੇ ਲੜਦੇ ਹੈ ਤਾਂ ਫਿਰ ਉਹ ਸੱਚ ਜਿਹੜਾ ਨਿਕਲ ਆਉਂਦਾ ਹੈ। ਸੋ ਮੈਨੂੰ ਲੱਗਦਾ ਹੈ ਕਿਸੇ ਹੱਦ ਤੱਕ ਸੁਖਬੀਰ ਵੀ ਸਹੀ ਹੋਣ। ਉੱਥੇ ਇਸ ਮੌਕੇ ਬਠਿੰਡਾ ਦੇ ਰਹਿਣ ਵਾਲੇ ਲੋਕਾਂ ਨੇ ਮਨਪ੍ਰੀਤ ਬਾਦਲ ਦੇ ਪ੍ਰੋਗਰਾਮ ਵਿੱਚ ਹੰਗਾਮਾ ਕਰ ਦਿੱਤਾ। ਵਿੱਤ ਮੰਤਰੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਰਿੰਗ ਰੋਡ ਬਣਾਉਣ ਲਈ ਉਹਨਾਂ ਦੇ ਘਰਾਂ ਨੂੰ ਤੋੜਿਆ ਜਾ ਰਿਹਾ। ਉੱਥੇ ਇੱਕ ਮਹਿਲਾ ਨੇ ਰੋ ਰੋ ਕੇ ਮੀਡੀਆ ਦੇ ਅੱਗੇ ਆਪਣਾ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਬਸ ਪੂਨਮ ਨਾਮ ਹੈ ਮੇਰਾ, ਬਸ ਮੇਰੇ ਛੋਟੇ ਛੋਟੇ ਜਵਾਕ ਹੈਗੇ, ਮੇਰੀ ਬਸ ਮੇਰਾ ਘਰ ਨਾ ਡਾਏ, ਬਸ ਮੇਰੇ ਨਿੱਕੇ ਨਿੱਕੇ ਜਵਾਕ ਹੈਗੇ, ਬਸ ਬਸ ਇਹ ਲੋਕ ਸਾਰੇ ਸੜਕ ਬਣਾਉਂਦੇ ਨੇ, ਮੇਰੇ ਸੜਕ ਬੁੱਢੇ ਵਾਲੇ ਜਾ ਰਹੇ ਹੈਗੇ, ਮੇਰਾ ਘਰ ਟੋਰੀ ਜਾ ਰਹੇ ਹੈਗੇ, ਕਹਿੰਦੇ ਹੈਗੇ ਆਪਣੇ ਕਿਤੇ ਬਸ ਇਤਨਾ ਮਲਿਆ ਹਾਲ ਕਰਦੇ ਲੋਕ, ਮੇਰੇ ਕੋਲ ਬਸ ਜਗ੍ਹਾ ਮਿਲ ਜਾਏ ਕਿਤੇ ਥੋੜ੍ਹੀ ਮੋਟੀ, ਮੈਂ ਆਪਣੇ ਬੱਚੇ ਲੈ ਕੇ ਸੁਖੀ ਸੇ ਰਹਿ ਸਕੂੰ। ਬਸ ਹਮਾਰੇ 65 ਮਕਾਨ ਹੈ ਉਧਰ, ਸਾਰੇ ਤੋੜੇ ਤੋੜੇਗੇ, ਹਾਂ ਸਾਰੇ ਤੋੜੇਗੇ, ਹਾਂ ਨਿਸ਼ਾਨ ਕਰਕੇ ਤਵੇ ਤੋੜੇ, ਹਾਂ ਕੱਲ ਲਗਾ ਕੇ ਗਏ। ਅੱਛਾ ਤੂੰ ਮਨਪ੍ਰੀਤ ਬਾਦਲ ਸੇ ਮਿਲੋ, ਕਿਆ ਕਹਾ ਹੈ? ਉਹਨਾਂ ਨੇ ਕਹਾ ਕੋਈ ਮਕਾਨ ਨਹੀਂ ਤੋੜਦੇ, ਬਸ ਐਵੇਂ ਹੀ ਲਾਲਾ ਲਗਾ ਦਿੱਤੇ ਹੈਗੇ, ਬਸ ਲਾਲਚ ਦੇ ਦਿੰਦੇ ਹੈਗੇ। ਬਸ ਅੱਜ ਤੁਹਾਨੂੰ ਕਿਆ ਕਹਾ ਗਿਆ, ਤੂੰ ਮਿਲੋ ਕਿਆ ਕਹਾ? ਬਸ ਉਹਨਾਂ ਨੇ ਇਹੀ ਕਹਾ ਹੈਗਾ ਕਿ ਨਹੀਂ ਮਕਾਨ ਤੋੜ ਦੇਣਗੇ, ਬਸ ਡਿਊਟੀ ਕਹਿ ਦਿੰਦੇ ਹੈਗੇ, ਉਹ ਮਕਾਨ ਤੋਂ ਕਹਿੰਦੇ ਹੈ ਕਿ ਜਾਏਂਗੇ। ਉੱਥੇ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਸੜਕ ਲੋਕਾਂ ਲਈ ਬਣਾਈ ਜਾ ਰਹੀ ਹੈ, ਜੇਕਰ ਇਹ ਸੜਕ ਬਣਾਉਣ ਲਈ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਰਿਹਾ ਤਾਂ ਸਰਕਾਰ ਵੱਲੋਂ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਸਭ ਅੱਜ ਬਠਿੰਡੇ ਸ਼ਹਿਰ ਦਾ ਇੱਕ ਸਾਲੋ ਸਾਲ ਦਾ ਇੱਕ ਮਨਸੂਬਾ ਸੀ ਜਿਹਨੂੰ ਬਠਿੰਡੇ ਦੀ ਕਹਿ ਦਿੰਦੇ ਹਾਂ, ਔਰ ਕਈ ਦਹਾਕਿਆਂ ਤੋਂ ਇਹਦੇ 'ਚ ਕਾਨੂੰਨੀ ਅੜਚਨਾ ਸੀ ਔਰ ਇਹਦੇ ਵਿੱਚ ਪੈਸੇ ਦੀ ਕਮੀ ਕਰਕੇ, ਔਰ ਖਾਸ ਕਰਕੇ ਮੈਨੂੰ ਲੱਗਦਾ ਕਿਸੇ ਹੱਦ ਤੱਕ ਨੀਅਤ ਦੀ ਕਮੀ ਵੀ ਸੀ, ਔਰ ਬੜੇ ਸਾਲਾਂ ਬਾਅਦ ਇਹ ਜਿਹੜਾ ਮਨਸੂਬਾ ਹੈ ਫਾਈਨਲੀ ਇਹਦੀਆਂ ਸਾਰੀਆਂ ਕਾਨੂੰਨੀ ਅੜਚਨਾ ਵੀ ਖਤਮ ਹੋ ਗਈਆਂ, ਪੈਸੇ ਦੀ ਟੈਂਡਰ ਵੀ ਹੋ ਗਿਆ, ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਤਕਰੀਬਨ ਇਹ 94 ਕਰੋੜ ਦਾ ਪ੍ਰੋਜੈਕਟ ਸੀਗਾ ਔਰ ਇਹਦੇ 'ਚ 22% ਸੇਵਿੰਗ ਆਈ ਹੈ।
ਤੁਸੀਂ ਦੇਖੋ ਨਾ ਐਡੇ ਵੱਡੇ ਪ੍ਰੋਜੈਕਟ 'ਚ ਐਡੀ ਵੱਡੀ ਸੇਵਿੰਗ ਹੋਣੀ, ਇਹ ਵੀ ਮੈਂ ਸਮਝਦਾ ਜਿਹੜਾ ਆਪਣਾ ਇੰਜੀਨੀਅਰਿੰਗ ਡਿਪਾਰਟਮੈਂਟ ਹੈ ਉਹਨਾਂ ਦੀ ਨੇਕ ਨੀਤੀ ਦਾ ਸਬੂਤ ਹੈ। ਬਹਰਹਾਲ ਇਹਦੇ ਨਾਲ ਕੀ ਹੋਏਗਾ ਕਿ ਸਾਡਾ ਜਿਹੜਾ ਟ੍ਰੈਫਿਕ ਦਾ ਨਿਜ਼ਾਮ ਹੈ, ਸਾਡਾ ਟ੍ਰੈਫਿਕ ਦਾ ਨਿਜ਼ਾਮ ਸੁਥਰਾ ਹੋ ਜਾਏਗਾ। ਜਿਹੜੀ ਵੀ ਇੰਟਰਸਿਟੀ ਗੱਡੀ ਹੈ ਜਿਹੜੀ ਕਿ ਮਾਨਸਾ ਸਾਈਡ ਤੋਂ ਜਾਂ ਚੰਡੀਗੜ੍ਹ ਸਾਈਡ ਤੋਂ ਆ ਰਹੀ ਹੈ, ਉਹ ਦੂਸਰੇ ਪਾਸੇ ਆ ਰਹੀ ਹੈ, ਰਿਫਾਈਨਰੀ ਦਾ ਸਾਰਾ ਟ੍ਰੈਫਿਕ ਹੈ, ਉਹਨਾਂ ਨੂੰ ਸ਼ਹਿਰ ਦੇ ਦਰਮਿਆਨ ਵਿੱਚ ਦੀ ਨਹੀਂ ਗੁਜ਼ਰਨਾ ਪਏਗਾ। ਔਰ ਸ਼ਹਿਰ ਜਿਹੜਾ ਸਾਡਾ ਇੱਕ ਕਿਸਮ ਦਾ ਟ੍ਰੈਫਿਕ ਤੋਂ ਕਾਫੀ ਹੱਦ ਤੱਕ ਸਾਨੂੰ ਇੱਕ ਕਿਸਮ ਦੀ ਰਿਲੀਫ ਮਿਲ ਜਾਏਗੀ। ਔਰ ਇਹਦੇ ਵਿੱਚ ਕੁਛ ਰੇਲਵੇ ਦਾ ਪੋਰਸ਼ਨ ਵੀ ਸੀ, ਜਿਵੇਂ ਮੈਂ ਕਿਹਾ ਕੁਛ ਨਵੀਂ ਐਕੁਜ਼ੀਸ਼ਨ ਕਰਨੀ ਸੀ। ਬਹਰਹਾਲ ਇਹ ਸਾਰਾ ਕੁਛ ਪਰਮਾਤਮਾ ਨੇ ਨੀਤ ਨੂੰ ਫਲ ਲਾਤਾ ਹੈ ਔਰ ਬੜੇ ਸਾਲਾਂ ਦੀ ਜਿਹੜੀ ਸ਼ਹਿਰ ਦੀ ਡਿਮਾਂਡ ਸੀ ਉਹ ਪੂਰੀ ਹੋਣ ਸਾਹਿਬ। ਇਹ ਤਾਂ ਕੋਈ ਜੋਤਸ਼ੀ ਦੱਸ ਸਕਦਾ ਸੀਟਾਂ? ਮੈਂ ਤਾਂ ਛੇ ਇਲੈਕਸ਼ਨ ਮੈਂ ਜ਼ਿੰਦਗੀ 'ਚ ਲੜਿਆ, ਉਹਦੇ 'ਚੋਂ 5 ਜਿੱਤਿਆ ਅਤੇ 1 ਹਾਰਿਆ। ਮੈਨੂੰ ਆਪਦੇ ਇਲੈਕਸ਼ਨ 'ਚ ਨਹੀਂ ਪਤਾ ਹੁੰਦਾ ਕਿ ਮੈਂ ਜਿੱਤਣਾ ਕਿ ਹਾਰਨਾ। ਮੈਂ ਕਾਂਗਰਸ ਜਾਂ ਮੈਂ ਹਰਿਆਣੇ 'ਚ ਕੀ ਪੇਸ਼ਨ ਗੋਈ ਕਰੂੰਗਾ ਜਦੋਂ ਮੈਂ ਆ ਜਿਹੜੇ ਹਲਕੇ 'ਚ ਮੈਂ ਤੁਰਿਆ ਫਿਰਦਾ ਹੈ ਔਰ ਮੈਂ 6 ਵਾਰੀ ਇਲੈਕਸ਼ਨ ਲੜਿਆ। ਮੈਨੂੰ ਆਪ ਨੂੰ ਵੀ ਖਬਰ ਨਹੀਂ ਹੁੰਦੀ ਕਿ ਮੈਂ ਜਿੱਤਣਾ ਜਾਂ ਹਾਰਨਾ, ਔਰ ਜੇ ਜਿੱਤਣਾ ਤਾਂ ਕਿੰਨੇ 'ਤੇ ਜਿੱਤਣਾ, ਜੇ ਹਾਰਨਾ ਤਾਂ ਕਿੰਨੇ 'ਤੇ ਹਾਰ। ਦੇਖੋ ਹੁਣ ਜਿਹੜੀ ਸਰਕਾਰ, ਹੁਣ ਦੇਖੋ ਸੜਕ ਜਿਹੜੀ ਹੈ ਉਹ ਕਿਸੇ ਪਾਸੇ ਦੀ ਤਾਂ ਨਿਕਲੂਗੀ। ਜੇ ਕੋਈ ਜਿੱਥੇ ਵੀ ਮਕਾਨ ਬਣੇ ਹੋਏ ਹੈ ਉਹ ਹਤਮੀ ਫੈਸਲਾ ਸੁਪਰੀਮ ਕੋਰਟ ਤੱਕ ਦਾ ਆ ਗਿਆ ਸਰਕਾਰ ਦੀ ਐਕੁਜ਼ੀਸ਼ਨ 'ਤੇ, ਉਹਨਾਂ ਨੂੰ ਪੈਸੇ ਦੇ ਕੇ ਉਹ ਲੈ ਜਾਣਗੇ। ਇਸ ਤੋਂ ਇਲਾਵਾ ਮੈਨੂੰ ਪਤਾ ਨਹੀਂ, ਜੇ ਕਿਸੇ ਦੇ ਨਜਾਇਜ਼ ਹੈ, ਵੀ ਨਜਾਇਜ਼ ਹੀ ਕਿਸੇ ਨੇ ਬਣਾ ਲਿਆ ਤਾਂ ਫਿਰ ਉਹਦੇ ਬਾਰੇ ਤਾਂ ਮੈਂ ਕੀ ਕਹਿ ਸਕਦਾ? ਜੇ ਕੋਈ ਸਰਕਾਰ ਦੀ ਜ਼ਮੀਨ 'ਚ ਕੋਈ ਨਜਾਇਜ਼ ਬੈਠਾ ਅਤੇ ਉੱਥੋਂ ਦੀ ਸਰਕਾਰ ਨੇ ਸੜਕ ਕੱਢਣੀ ਹੈ ਤਾਂ ਫਿਰ ਇਹਦਾ ਤਾਂ ਕੋਈ ਮੇਰੇ ਕੋਲ ਹੱਲ ਹੈ ਨਹੀਂ।